ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਨੂੰ ਵਪਾਰ ਬਣਾ ਦਿੱਤਾ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕ ਹਿੱਤ ਭੁੱਲ ਚੁੱਕੀ ਹੈ। ਉਹ ਅੱਜ ਬਸੀ ਪਠਾਣਾ ਹਲਕੇ ਵਿੱਚ ਉੱਚਾ ਪਿੰਡ ਵਿਖੇ ਮੋਦੀ ਸਰਕਾਰ ਦੀਆਂ ਨਾਕਾਮੀਆਂ ਖਿਲਾਫ਼ ਕੀਤੇ ਰੋਸ ਵਿਖਾਵੇ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਥਾਨਕ ਵਿਧਾਇਕ ਗੁਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਵੀ ਹਾਜ਼ਰ ਸਨ। ਜਾਖੜ ਨੇ ਕਿਹਾ ਕਿ ਤੇਲ ਕੀਮਤਾਂ ਵਿੱਚ ਵਾਧੇ ਨਾਲ ਕੇਂਦਰ ਸਰਕਾਰ 3,00,000 ਕਰੋੜ ਦੀ ਕਮਾਈ ਕਰ ਰਹੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵਪਾਰੀ ਬਣ ਕੇ ਸਰਕਾਰ ਚਲਾ ਰਹੇ ਨੇ, ਜਦਕਿ ਸਰਕਾਰ ਲਈ ਲੋਕ ਭਲਾਈ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ। ਉਹਨਾਂ ਕਿਹਾ ਕਿ ਡੀਜ਼ਲ ਕੀਮਤਾਂ ਵਿੱਚ ਵਾਧਾ ਅਤੇ ਮਹਿੰਗਾਈ ਦਰ ਵਿੱਚ ਤੇਜ਼ੀ ਆਉਣ ਨਾਲ ਕਿਸਾਨੀ ਸਮੇਤ ਸਮਾਜ ਦੇ ਸਾਰੇ ਵਰਗਾਂ ਦੀ ਆਰਥਿਕਤਾ ਤੇ ਮਾੜਾ ਅਸਰ ਪੈ ਰਿਹਾ। ਦੇਖੋ, ਜਿਸ ਤਰ੍ਹਾਂ ਮੋਦੀ ਸਾਹਿਬ ਦੀ ਸਰਕਾਰ ਦੀ ਗਲਤ ਨੀਤੀਆਂ ਨੂੰ ਚੱਲ ਕੇ ਅੱਜ ਕਿਸਾਨ ਹਰੇਕ ਵਰਗ ਦੇ ਉੱਤੇ ਜਿਹੜਾ ਬੋਝ ਪਿਆ ਤੇਲ ਦੀ ਵਧੀਆਂ ਕੀਮਤਾਂ ਨੂੰ ਲੈ ਕੇ, ਉਹਦੇ ਖਿਲਾਫ ਅੱਜ ਆ ਮੁਜ਼ਾਹਰਾ ਸਾਡਾ ਸਟੇਟ ਲੈਵਲ 'ਤੇ, ਡਿਸਟ੍ਰਿਕਟ ਲੈਵਲ 'ਤੇ, ਬਲਾਕ ਲੈਵਲ 'ਤੇ, ਉਹਦੇ ਬਾਅਦ ਹੁਣ ਪਿੰਡੋ ਪਿੰਡ ਅਸੀਂ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਮੋਦੀ ਸਾਹਿਬ ਦੀ ਗਲਤ ਨੀਤੀਆਂ ਨੂੰ ਲੈ ਕੇ ਅੱਜ ਕਿਸਾਨ ਦੇ ਉੱਤੇ ਬੋਝ ਪੈ ਰਿਹਾ। ਜਿਹੜਾ ਪਿਛਲੇ ਸਾਲ ਤੋਂ ਲੈ ਕੇ ਹੁਣ ਤਾਂ ਹੀ ਡੀਜ਼ਲ ਦੇ ਰੇਟ ਕਰੀਬਨ 15 ਰੁਪਈਏ ਵੱਧ ਗਏ, ਅਤੇ ਹੁਣ ਜਦੋਂ ਝੋਨੇ ਦੀ ਬੁਆਈ ਦਾ ਸਮਾਂ, ਉਸ ਸਮੇਂ 'ਚ ਤੁਸੀਂ ਮੰਨ ਕੇ ਚੱਲੋ 100 ਲੀਟਰ ਤੋਂ ਲੈ ਕੇ 125 ਲੀਟਰ ਪਰ ਏਕੜ ਦੇ ਮਗਰ ਤੇਲ ਜਿਹੜਾ ਕਿਸਾਨ ਦਾ ਲੱਗਦਾ ਹੈ, ਉਹਦੇ ਉੱਤੇ ਕਰੀਬਨ 1500 ਲੈ ਕੇ 1800 ਰੁਪਈਏ ਪਰ ਏਕੜ ਦਾ ਬੋਝ ਮੋਦੀ ਸਾਹਿਬ ਨੇ ਜਿਹੜਾ ਪਾਇਆ ਉਹਦੇ ਖਿਲਾਫ਼। ਅਤੇ ਆਹੀ ਮੋਦੀ ਸਰਕਾਰ ਹੈ ਜਿਹੜੀ ਧਰਨੇ ਲਾ ਕੇ, ਜਦੋਂ 40 ਰੁਪਈਏ ਲੀਟਰ ਤੇਲ ਅਤੇ ਡੀਜ਼ਲ ਸੀਗਾ ਡਾਕਟਰ ਮਨਮੋਹਨ ਸਿੰਘ ਦੇ ਸਮੇਂ, ਉਦੋਂ ਮੋਦੀ ਸਾਹਿਬ ਧਰਨੇ ਲਾ ਰਹੇ ਸੀ, ਜੇਲ੍ਹ ਵਰੋਂ ਅੰਦਰਨ ਚਲਾ ਰਹੇ ਸੀ। ਇਸ ਬਹਿਰੀ ਸਰਕਾਰ ਨੂੰ ਕਿਸਾਨ ਦੀ ਅਤੇ ਦੇਸ਼ ਦੇ ਗਰੀਬਾਂ ਦੀ ਆਵਾਜ਼ ਪਹੁੰਚਾਉਣ ਵਾਸਤੇ ਆ ਇੱਥੇ ਧਰਨਾ ਲਾਇਆ। ਅਤੇ ਜੇ ਮੋਦੀ ਸਾਹਿਬ ਭੱਜਦੇ ਆਪਣੀ ਜ਼ਿੰਮੇਵਾਰੀ ਤੋਂ, ਕਿਉਂਕਿ ਕਿਸਾਨਾਂ ਪ੍ਰਤੀ ਜ਼ਿੰਮੇਵਾਰੀ ਬਣਤੀ ਹੈ ਸਰਕਾਰ ਦੀ, ਇਹਨਾਂ ਨੇ ਉਹਦੇ ਖਿਲਾਫ਼ ਸਾਡੇ ਸੰਘਰਸ਼ ਹੈ, ਉਹ ਜੇ ਹੱਥ ਖੜੇ ਕਰ ਦੇਣਗੇ, ਅਸੀਂ ਤਾਂ ਪੰਜਾਬ ਨੂੰ ਪਹਿਲਾਂ ਹੀ ਅਕਾਲੀਆਂ ਨੇ ਮਾਰ ਰੱਖਿਆ, 2,50,000 ਕਰੋੜ ਦਾ ਕਰਜ਼ਾ ਛੱਡ ਕੇ ਗਏ ਹੈ, ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਰਹੇ ਹਾਂ। ਕਰਜ਼ ਮਾਫ਼ੀ ਦੇ ਬਾਵਜੂਦ ਵੀ ਜਿਹੜਾ ਕਿਸਾਨਾਂ ਦੀ ਆਤਮ ਹੱਤਿਆ ਦਾ ਸਿਲਸਿਲਾ ਪੰਜਾਬ 'ਚ, ਬਿਲਕੁਲ ਮੈਂ ਤੁਹਾਡੀ ਇਸ ਗੱਲ ਤੋਂ ਸਹਿਮਤ ਹਾਂ। ਇਸੇ ਕਰਕੇ ਮੈਂ ਕਹਿ ਰਿਹਾ ਵੀ ਅੱਜ ਜ਼ਿੰਮੇਵਾਰੀ ਇਕੱਲੇ ਪੰਜਾਬ ਸਰਕਾਰ ਦੀ ਨਹੀਂ, ਹਿੰਦੁਸਤਾਨ ਦੀ ਸਰਕਾਰ ਦੀ ਹੈ। ਇਹਦੇ ਵਾਸਤੇ ਅਸੀਂ ਕੋਸ਼ਿਸ਼ ਜੋ ਕੁਛ ਕਰ ਰਹੇ ਹਾਂ, ਪਰ ਇਹਦੇ ਨਾਲ ਇੱਕ ਜਿਹੜਾ ਆਸ਼ਾ ਦੀ ਜਿਹੜੀ ਕਿਰਨ ਲੱਗਦੀ ਹੈ ਵੀ 2/3 ਜਿਹੜੀ ਹੈ ਆਤਮ ਹੱਤਿਆ ਘੱਟ ਹੋਈ ਹੈ, ਪਰ ਇੱਕ ਕਿਸਾਨ ਵੀ ਆਤਮ ਕਰਦਾ ਉਹ ਮੈਂ ਸਮਝਦਾ ਕਿਸੇ ਵੀ ਸਰਕਾਰ ਵਾਸਤੇ ਸ਼ਰਮਿੰਦਗੀ ਦਾ ਮੁਕਾਮ ਹੈ। ਅਸੀਂ ਆਪਣੇ ਕੰਨੋਂ ਪੂਰਾ ਕੋਸ਼ਿਸ਼ ਕਰ ਰਹੇ ਹਾਂ, ਹਰੇਕ ਹਰ ਸੰਭਵ ਪ੍ਰਯਾਸ ਕੀਤਾ ਜਾ ਰਿਹਾ। ਕਰੀਬਨ 2,25,00,000 ਲੋਕਾਂ ਦੇ ਜਿਹੜੇ ਕੋਆਪਰੇਟਿਵ ਸੁਸਾਇਟੀਜ਼ ਦੇ ਕਰਜ਼ੇ ਸੀਗੇ ਉਹ ਅਸੀਂ ਮਾਫ਼ ਕਰਤੇ, 10,25,00,000 ਕਿਸਾਨ ਜਿਹੜੇ ਪਰਿਵਾਰ ਹੈ ਉਹਨਾਂ ਦਾ ਕਰਜ਼ਾ ਮਾਫ਼ ਕਰਨ ਦਾ ਸਾਡਾ ਟੀਚਾ ਹੈ, ਉਹਨੂੰ ਅਸੀਂ ਪੂਰੇ ਕਰਕੇ ਰਵਾਂਗੇ। ਉਹਦੇ ਬਾਅਦ ਜੋ ਵੀ ਸਾਡੇ ਤੋਂ ਬਣਦਾ ਹੋਊਗਾ ਉਹ ਵੀ ਕਰਾਂਗੇ, ਪਰ ਮੋਦੀ ਸਾਹਿਬ ਜਿਹੜੇ ਕਹਿੰਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੂੰਗਾ, ਉਹਨਾਂ ਨੂੰ ਸ਼ਾਇਦ ਆਮਦਨ ਅਤੇ ਖਰਚੇ ਦੇ ਅੰਦਰ ਪਤਾ ਫਰਕ ਨਹੀਂ, ਆਹ ਜਿਹੜਾ ਖਰਚਾ ਦੁੱਗਣਾ ਕਰਦਾ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।